ਲੈ ਵੀ ਮੱਲੋ ਜਿਹੜੇ ਮੁੰਡੇ ਨਾ ਪੰਜਾਬ ਦੇ ਵਿੱਚ ਆਪਦੇ ਹੱਥਾਂ ਨਾਲ ਕਿਰਤ ਕਰਕੇ ਮਿਹਨਤ ਕਰਕੇ ਰੋਟੀ ਇੱਜ਼ਤ ਦੀ ਖਾ ਰਹੇ ਆ ਨਾ ਉਹਨਾਂ ਨੂੰ ਹੌਸਲਾ ਲਾਜ਼ਮੀ ਦੇ ਦਿਆ ਕਰੋ। ਇਹ ਤਾਂ ਕੰਮ ਪੱਕਾ ਹੀ ਕਰ ਹੀ ਦਿਆ ਕਰੋ, ਕਿਉਂਕਿ ਮੈਂ ਮੇਰਾ ਕੰਮ ਹੁੰਦਾ, ਮੈਂ ਇਹ ਫਰਜ਼ ਸਮਝਦਾ ਕਿ ਜੇ ਪੰਜਾਬ ਦੇ ਵਿੱਚ ਕੋਈ ਨਈਆ ਡੁੱਬਦੀ ਦਿਖਾਉਂਦਾ ਤਾਂ ਨਈਆ ਨੂੰ ਕਿਨਾਰਾ ਦਿਖਾਉਣ ਵਾਲੇ ਲੋਕ ਵੀ ਮੈਂ ਦਿਖਾਉਂਦਾ ਰਹਿੰਦਾ। ਮੈਂ ਸੇਲਵਰਾ ਪਿੰਡ ਦੇ ਵਿੱਚ ਹਾਂ, ਮੇਰੇ ਨਾਲ ਰਾਜੂ ਅਤੇ ਬਿੱਲਾ ਦੋਨੇ ਭਰਾ ਕਮਾਲ ਦਾ ਕੰਮ ਕਰਦੇ ਆ, ਨਾਲ ਮਿਸਤਰੀ ਸਾਹਿਬ ਆ ਇਹਨਾਂ ਦੇ, ਇਹ ਕੰਮ ਕਰਦੇ ਆ, ਟੀਮ ਆ। ਅੱਜ ਇਹ ਵਿਦੇਸ਼ਾਂ ਨੂੰ ਟਰੈਕਟਰ ਭੇਜਣ ਲੱਗਿਆ, ਤਿੰਨ, ਇੱਕ ਨਹੀਂ ਦੋ ਨਹੀਂ ਤਿੰਨ ਟਰੈਕਟਰ ਭੇਜਣੇ ਆ ਸੱਜਣੋ। ਦੋ ਫੋੜ ਆ, ਇੱਕ 69 ਅਤੇ ਆਪ ਹੀ ਇਹ ਕੰਟੇਨਰ ਇੱਥੇ ਆਇਆ ਹੋਇਆ, ਤੁਹਾਨੂੰ ਲੱਦੀ ਜਾਂਦੇ ਦੀਆਂ ਵੀਡੀਓ ਵਿੱਚ ਤੁਹਾਨੂੰ ਚੱਲਦੀਆਂ ਦਿਸੀ ਜਾਂਦੀਆਂ। ਇਹ ਬੰਦੇ ਬਣਾਉਂਦੇ ਵੀ ਆ ਅਤੇ ਸ਼ਿਪਿੰਗ ਕਰਕੇ ਬਾਹਰ ਵੀ ਭੇਜਦੇ ਆ, ਅਤੇ ਬਾਹਰ ਕਿਹਦੇ ਕੋਲ ਜਾਣਾ, ਕਿਹਨੇ ਬਣਵਾਇਆ, ਸਾਰੀ ਗੱਲਬਾਤ ਕਰਦੇ ਹਾਂ। ਹੌਸਲਾ ਤੁਸੀਂ ਦੇਣਾ ਹੀ ਦੇਣਾ, ਗੱਲਾਂ ਬਾਤਾਂ ਸੁਣ ਲਿਓ। ਇਹ ਤਿਆਰ ਕਰਦੇ ਆ ਮੁੰਡੇ ਟਰੈਕਟਰ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲੈ ਵੀ ਨੌਜਵਾਨੋ, ਹਾਂਜੀ, ਪਹਿਲਾਂ ਤਾਂ ਤੁਹਾਨੂੰ ਇਸ ਗੱਲ ਦੀਆਂ ਮੁਬਾਰਕਾਂ, ਤੁਸੀਂ ਇੰਟਰਨੈਸ਼ਨਲ ਪੱਧਰ 'ਤੇ ਕੰਮ ਕਰਨ ਲੱਗ। ਧੰਨਵਾਦ ਜੀ। ਹੈਂ, ਕਿਉਂਕਿ ਆਮ ਤੌਰ 'ਤੇ ਬੰਦਾ ਇਹ ਸੋਚਦਾ ਹੁੰਦਾ ਵੀ ਮੇਰਾ ਆਹ ਨਾਲ ਦੇ ਪਿੰਡ ਤਾਂ ਹੀ ਗੱਲ ਜਾਵੜੇ, ਪਰਸ ਫਲਾਨੇ ਪਿੰਡ ਤਾਂ ਹੀ ਜਾਵੜੇ, ਅਤੇ ਤੁਹਾਡੀ ਚਰਚਾ ਮੇਰੇ ਹਿਸਾਬ ਨਾਲ ਕਨੇਡਾ ਅਮੈਰੀਕਾ ਤੱਕ ਹੋ ਰਹੀ ਹੈ। ਹਾਂਜੀ ਬਾਈ, ਤੁਹਾਡੇ ਬਣੇ ਹੋਏ ਟਰੈਕਟਰ ਬਾਹਰਲੇ ਮੁਲਕਾਂ ਨੂੰ ਜਾਂਦੇ ਆ, ਉਹ ਵੀ ਇੱਕ ਨਹੀਂ ਦੋ ਨਹੀਂ ਇਕੱਠੇ ਤਿੰਨ ਤਿੰਨ ਚੜ੍ਹਾਉਂਦੇ ਆ ਮੁੰਡੇ, ਆਹ ਤਿੰਨ ਕਿਹਦੇ ਆ ਮੱਲਾ? ਬਾਈ ਜੀ, ਇਹ ਟਰੈਕਟਰ ਆ ਜਿਹੜੇ ਆਪਣੇ ਜਗਮੇਲ ਸਿੰਘ ਗਿੱਲ ਹੈ ਜੀ, ਟੋਰਾਂਟੋ ਕੈਨੇਡਾ 'ਚ ਜੀ, ਉਹਨਾਂ ਦੇ ਆ ਜੀ। ਉਹਨਾਂ ਦੇ ਪਹਿਲਾਂ ਵੀ ਤਿੰਨ ਟਰੈਕਟਰ ਜਾ ਚੁੱਕੇ ਆ, ਆਪਾਂ ਤੋਂ ਤਿਆਰ ਕਰਾਏ ਸੀ ਜੀ, ਅਤੇ ਹੁਣ ਆਹ ਤਿੰਨ ਫੇਰ ਆ ਜੀ, ਅਤੇ ਤਿੰਨ ਆਪਾਂ ਤਿਆਰ ਕਰੀ ਜਾਂਦੇ ਇਹਨਾਂ ਦੇ। ਅੱਛਾ, ਤਿੰਨ ਪਹਿਲਾਂ ਪੰਜਾਬੜੇ, ਤਿੰਨ ਹੁਣ ਤੋਰੇ ਆ, ਤਿੰਨ ਹੋਰ ਤਿਆਰ ਕਰੀ ਜਾਂਦੇ ਆ। ਹਾਂਜੀ ਹਾਂਜੀ। ਇਹ ਇੰਨੇ ਟਰੈਕਟਰ ਉੱਥੇ ਕੀ ਕਰਦੇ ਆ? ਉੱਧਰ ਬਾਈ ਉਹਨਾਂ ਦਾ ਮਤਲਬ ਵੀ ਕੰਮ ਹੈਗਾ ਸੇਲ ਪਰਚੇਜ ਦਾ। ਅੱਛਾ, ਟਰੈਕਟਰ ਵੇਚਦੇ ਆ? ਹਾਂ, ਵੇਚਦੇ ਆ ਜੀ। ਠੀਕ ਆ ਠੀਕ ਆ। ਨਾਲ ਬੁਲਟ ਵੀ ਇਹਨਾਂ ਦੇ। ਠੀਕ ਆ। ਤੇ ਹੁਣ ਉਹਨਾਂ ਨੇ ਦੁਬਾਰਾ ਆਖਿਆ ਗੱਡੀ ਜੀਪ ਦਾ ਮੋਡੀਫਾਈ ਕਰਨ ਦਾ। ਅੱਛਾ ਅੱਛਾ, ਤਾਂ ਕਰਕੇ ਉਹ ਉੱਥੇ ਕਰਦੇ ਆ, ਉੱਥੇ ਤਾਂ ਚੱਲਿਆ। ਹਾਂਜੀ। ਲੈ ਆਹ ਦੱਸ ਮੈਨੂੰ, ਇਹ ਜਿਹੜਾ ਟਰੈਕਟਰ ਹੈ, ਇੱਕ ਆਰਡਰ ਆ ਜਾਂਦਾ, ਹਾਂਜੀ, ਮੰਨ ਲਓ ਇਹਨਾਂ ਤੋਂ ਬਿਨਾਂ ਹੋਰ ਆ ਜਾਂਦਾ, ਹਾਂਜੀ, ਕੋਈ ਵੀ ਟਰੈਕਟਰ ਆ ਗਿਆ, ਹਾਂਜੀ ਹਾਂਜੀ, ਕਿੰਨੇ ਚਿਰ 'ਚ ਟਰੈਕਟਰ ਤਿਆਰ ਹੋ ਜਾਂਦਾ? ਬਾਈ ਜੀ, ਜਿਵੇਂ ਮੰਨ ਲਓ ਮੂਹਰੇ ਸਾਡੇ ਕੋਲ ਬੁੱਕ ਹੁੰਦੇ ਆ ਟਰੈਕਟਰ, ਉਹ ਤੁਸੀਂ ਦੇਖ ਕੇ ਆਏ ਵਰਕਸ਼ਾਪ ਦੇ ਖੜ੍ਹੇ ਆ, ਅਤੇ ਉਹਨਾਂ ਤੋਂ ਇਲਾਵਾ ਜਿਵੇਂ ਮੂਹਰੇ ਬੁੱਕ ਆ, ਉਹ ਹਿਸਾਬ ਨਾਲ ਮੂਹਰੇ 1.5 ਮਹੀਨਾ 2 ਮਹੀਨੇ ਟਰੈਕਟਰਾਂ ਦਾ ਟਾਈਮ ਲੈਂਦੇ ਹਾਂ ਵੀਰੇ ਆਪਾਂ। ਜੇ ਮੰਨ ਲਓ ਮੈਂ ਕੱਲ੍ਹ ਨੂੰ ਕਹਾਂ ਵੀ ਭਾਈ ਟਰੈਕਟਰ ਸਾਡਾ ਤਿਆਰ ਕਰ ਦਿਓ, ਕਿੰਨੇ ਚਿਰ 'ਚ ਕਰ ਦਿਓਗੇ? ਪੂਰਾ ਵੀਰੇ 1.5 ਮਹੀਨਾ 2 ਮਹੀਨੇ ਲੱਗ ਜਾਂਦੇ ਆ ਟਰੈਕਟਰ ਦੇ, ਪਹਿਲਾਂ ਆਪਾਂ ਰਿਪੇਅਰ ਕਰਦੇ ਹਾਂ, ਅਤੇ ਫਿਰ ਉਦੋਂ ਬਾਅਦ ਮੋਡੀਫਿਕੇਸ਼ਨ ਦਾ ਸਾਰਾ ਆ ਜਾਂਦਾ ਬਾਈ। ਠੀਕ ਆ। ਨਹੀਂ, ਰਿਪੇਅਰ ਮਤਲਬ ਇੰਜਨ ਵਗੈਰਾ ਵੀ ਕਰਦੇ? ਰਿਪੇਅਰ ਬਾਈ ਦੇਖੋ, ਜਿਵੇਂ ਆਹ ਹੁਣ ਹਿੱਸਾ ਹੈਗਾ, ਠੀਕ ਆ ਜੀ, ਇਹ ਪਾਵਰ ਸਟੀਅਰਿੰਗ ਕਰਿਆਗਾ, ਠੀਕ ਆ, ਪਹਿਲਾਂ ਦੇਸੀ ਸੀ? ਹਾਂ, ਪਹਿਲਾਂ ਸਿੰਪਲ ਸੀਗਾ, ਤੇ ਬਾਕੀ ਆ 750 ਵਾਲੇ ਟਾਇਰ ਆ ਗਏ ਵੀਰੇ, ਅਲਾਏ ਆ ਗਏ, ਬਾਕੀ ਇਹਨੂੰ ਜਿਹੜਾ ਪਾਵਰ ਦੀ ਫੀਟਿੰਗ ਦੇਖ ਲਓ, ਤੇ ਇੰਜਨ ਦਾ ਇਹਨੂੰ ਕਰਿਆ ਵੀਰੇ ਆਪਾਂ ਸਾਰਾ ਲਾਤੋ, ਜਦੋਂ ਫੋਰਨ ਜਾਣਾ ਵੀਰੇ ਆਪਾਂ ਫਿਰ ਇਹਦਾ ਇੰਜਨ ਗੇਅਰ ਦਾ ਸਾਰਾ ਕਿਰਾਂ ਚੈੱਕ ਕਰਦੇ ਆ ਬਾਈ, ਬ੍ਰੇਕਾਂ। ਅੱਛਾ, ਜੇ ਕੋਈ ਕਮੀ ਪੇਸ਼ੀ ਤਾਂ ਕਰ ਦਿੰਦੇ ਆ ਇੰਜਨ ਗੇਅਰ ਵੀ ਕਰ ਦਿੰਦੇ? ਹਾਂ ਬਾਈ, ਰਿਪੇਅਰ ਕਰਕੇ ਉਦੋਂ ਬਾਅਦ ਪਹਿਲਾਂ ਅਸੀਂ ਇਹਨੂੰ ਬਾਹ ਕੇ ਦੇਖਦੇ ਆ ਵੀਰੇ। ਹਾਂਜੀ, ਉਦੋਂ ਬਾਅਦ ਜਿਹੜੀ ਆ ਸਰਸਰੀ ਤੁਹਾਡੇ ਸਾਹਮਣੇ ਜਿਹੜੀ ਤਿਆਰ ਹੋ, ਉਸ ਤੋਂ ਬਾਅਦ ਅਸੈਸਰੀ ਲਾ ਦਿੰਦੇ। ਹਾਂਜੀ ਹਾਂਜੀ, ਉਸ ਤੋਂ ਬਾਅਦ ਅਸੈਸਰੀ ਲਾ ਕੇ, ਹਾਂਜੀ, ਤੇ ਤਿਆਰ ਹੋ ਜਾਂਦਾ। ਜਿਵੇਂ ਆਹ ਫੋਰ 3600 ਇਹਨੂੰ ਫਾਰਮ ਟਰੈਕ ਦਾ ਹਿੱਸਾ ਲੱਗ ਗਿਆ, ਫਾਰਮ ਟਰੈਕ ਦਾ ਹਿੱਸਾ ਲੱਗ ਗਿਆ ਵੀਰੇ, ਠੀਕ ਆ ਜੀ। ਬਾਕੀ ਆ ਘੋੜਾ ਵੈਂਪਰ ਲੱਗ ਗਿਆ ਅੱਗੇ ਜੀ, ਠੀਕ ਆ, ਬਾਕੀ ਤੁਸੀਂ ਦੇਖ ਲਓ ਵੈਂਪਰ ਵੂੰਪਰ, ਬਾਕੀ ਇਲੈਕਟ੍ਰੋਨਿਕ ਮੀਟਰ ਆ ਗਏ, ਬਾਕੀ ਜਿਹੋ ਜਿਹੀ ਗਾਹਕ ਦੀ ਡਿਮਾਂਡ ਆ ਵੀਰੇ, ਹੈ ਨਾ, ਜਿਹੋ ਜਿਹਾ ਉਹਨਾਂ ਨੂੰ ਅੱਗੇ ਚਾਹੀਦਾ ਉਹੋ ਜਿਹੀ ਚੀਜ਼ ਬਣਾ ਕੇ ਦੇ ਦੇਈਏ। ਅਤੇ ਜਿਹੜਾ ਰੰਗ ਆ, ਹਾਂਜੀ, ਰੰਗ ਗਾਂ ਤੋਂ ਕਿਸੇ ਤੋਂ ਕਰਵਾਉਂਦੇ ਕਾ ਵੀ ਕਰ? ਨਹੀਂ, ਸਾਰਾ ਕੰਮ ਵੀਰੇ ਆਪਣਾ ਬਿਲਡ ਦਾ ਵੀ ਆ, ਪੇਂਟ ਦਾ ਵੀ ਆ, ਰਿਪੇਅਰ ਦਾ ਵੀ ਆ, ਸਾਰਾ ਆਪਦਾ ਆਪ ਕਰਦੇ ਹਾਂ। ਅਤੇ ਆਹ ਟਰੈਕਟਰ ਆ ਜਿਹੜੇ, ਇਹ ਤੁਸੀਂ ਆਪ ਖਰੀਦ ਕੇ ਅਗਲੇ ਨੂੰ ਤਿਆਰ ਕਰਕੇ ਦੇ ਦਿੰਦੇ ਜਾਂ ਅਗਲੇ ਦਾ ਟਰੈਕਟਰ ਹੋਵੇ? ਨਹੀਂ, ਮੰਨ ਲਓ ਵੀਰੇ ਜਿਵੇਂ ਹੁਣ ਇਹ ਸੀਗੇ, ਇਹਨਾਂ ਨੇ ਤਾਂ ਆਪਾਂ ਨੂੰ ਆਪਣੇ ਨਾਲ ਗੱਲ ਕਰ ਲਈ ਵੀਰੇ, ਠੀਕ ਆ, ਬੁੱਕ ਕਰਤੇ, ਸਾਈ ਦੇਤੀ, ਉਦੋਂ ਬਾਅਦ ਆਪਾਂ ਟਰੈਕਟਰ ਲੈ ਕੇ ਆਪਦਾ ਹੀ ਟਰੈਕਟਰ ਲੈ ਕੇ ਤਿਆਰ ਕਰੇ ਆ। ਕਈ ਹੁਣ ਮੰਨ ਲਓ ਵੀ ਵਿੱਚ ਕਿਸੇ ਜ਼ਿਮੀਂਦਾਰ ਦਾ ਜੱਦੀ ਟਰੈਕਟਰ ਹੁੰਦਾ, ਉਹ ਆਪਾਂ ਕੋਲ ਸਾਡੇ ਆਉਂਦਾ, ਆਪਾਂ ਉਹ ਵੀ ਤਿਆਰ ਕਰਦੇ ਨੇ। ਅੱਛਾ, ਮਤਲਬ ਜੇ ਕਿਸੇ ਨੇ ਸਾਰਾ ਪੈਕੇਜ ਹੀ ਲੈਣਾ, ਉਹ ਪੈਕੇਜ ਵੀ ਲੈ ਸਕਦਾ, ਜੇ ਕਿਸੇ ਨੇ ਆਪਦਾ ਟਰੈਕਟਰ? ਹਾਂਜੀ ਹਾਂ ਹਾਂ। ਤੇ ਆਪਦੇ ਜਿਹੇ ਜੀ ਆਹ ਲਾਤੇ, ਉਹ ਇੰਜਨ ਵਾਲੇ ਵੀਲ ਨਹੀਂ ਲਾਤੇ? ਹੱਠ ਵਾਲੇ ਇੰਜਨ ਵਾਲੇ ਵੀਲ ਆ ਵੀਰੇ, ਘੁੰਮਦੇ ਆ। ਹਾਂਜੀ ਹਾਂ। ਲੈ ਵੀ ਦੇਸੀ ਸਪਿਨਰ ਬਣਾਤੇ ਆ? ਹਾਂਜੀ। ਇਹ ਡਿਮਾਂਡ ਸੀ ਬਾਈ ਹੁਣ? ਇਹ ਡਿਮਾਂਡ ਸੀਗੀ ਬਾਈ, ਬਾਕੀ ਆ ਪੈਰਦਾਨਾਂ ਦੀ ਆ ਗਈ, ਇਹ ਵੀ ਆਪ ਬਣਾ ਕੇ ਲਾਏ ਆ ਜੀ ਆਪਾਂ। ਆ ਬਦਮਾ ਕਰਤਾ? ਹਾਂਜੀ, ਬਦਮਾ ਕਰਤਾ ਵੀਰੇ। ਇਹ ਆਹ ਮੈਂ ਵਿਹਲੀ ਯਾਰ ਵੇਖ ਰਿਹਾ ਵੀ ਇੰਨਾ ਬਦਮਾ ਹੋ ਗਿਆ ਪੂਰਾ। ਹਾਂਜੀ ਹਾਂ, ਖੁੱਲ੍ਹਾ ਹੋ ਗਿਆ, ਆਪ ਹੀ ਤਿਆਰ ਕਰਕੇ ਲਾਉਣੇ ਆ ਵੀਰੇ। ਠੀਕ ਆ। ਤੇ ਬਾਕੀ ਆ ਸੈਲਫ ਆ ਜਿਹੜੀ, ਮੰਨ ਲਓ ਡਾਊਨ ਵੈਂਟਰੀ ਤੇ ਵੀ ਸਟਾਰਟ ਕਰੀ ਜਾਂਦੀ ਹੈ ਜੀ। ਇਹ ਕਿਸ ਸੈਲਫ 'ਚ ਕੀ ਗੁਣਾ ਇਹ ਜਾ ਕੇ? ਇਹ ਗੁਣੇ ਆ, ਮੰਨ ਲਓ ਵੀਰੇ ਉੱਧਰ ਜਾ ਕੇ ਕਈ ਵਾਰੀ ਮੌਸਮ ਠੰਡਾ ਹੈ ਨਾ, ਠੰਡ ਹੁੰਦੀ ਆ, ਨਹੀਂ ਵੈਂਟਰੀ ਸਟਾਰਟ ਕਰਦੀ ਤੇ ਚੱਕਰ ਵੱਧ ਆ ਜੀ ਇਹਦੇ। ਠੀਕ ਆ। ਸੈਲਫ ਦੇ ਚੱਕਰ ਡਾਊਨ ਵੈਂਟਰੀ ਵੀ ਇਹਨੂੰ ਸਟਾਰਟ ਕਰੀ ਜਾਂਦੀ ਹੈ। ਆ ਉਰੇ ਆ ਜਾ, ਆ ਜਾ, ਆ ਜਾ, ਆ ਜਾ,
ਇਹ ਗੇਅਰ ਵਾਲੀ ਸੈਲਫ ਕਿਵੇਂ ਮਤਲਬ ਇਹ ਚੱਕਰ ਵੱਧਦਾ ਗੇਅਰ ਵਾਲੀ ਸੈਲਫ ਆ ਮਤਲਬ ਚੈਨ ਕੁੱਪੀ ਉਂਗਲ ਵਾਲਾ ਸਿਸਟਮ ਆ ਚੈਨ ਕੁੱਪੀ ਵਾਲਾ ਸਿਸਟਮ ਆ ਗਿਆ ਬਈ ਜਿਵੇਂ ਆਪਾਂ ਕਹਿ ਲਈਏ ਵੀ ਉਂਗਰਾ ਰਹੀ ਹੁੰਦੀ ਆ ਗੇੜਾ ਵੱਧ ਪਾਉਂਦੀ ਆ ਇਹ ਮੁੰਡਾ ਮਿਸਤਰੀ ਆ ਇਹ ਮਿਸਤਰੀ ਆ ਮਕੈਨਿਕ ਜਿਹੜਾ ਰਿਪੇਅਰ ਦਾ ਕੰਮ ਇਹ ਕਰਦਾ ਜੀ ਹਾਂਜੀ ਦੂਜਾ ਸਾਰਾ ਕੰਮ ਅਸੀਂ ਦੋਨੇ ਬ੍ਰਦਰ ਆ ਜੀ ਦੋਨੇ ਸਕੇ ਭਰਾ ਹਾਂ ਸਕੇ ਬ੍ਰਦਰ ਆ ਸਕੇ ਭਰਾ ਦੇ ਉਮਰ ਤਾਂ ਤੁਹਾਡੀ ਛੋਟੀ ਆ ਕਦੋਂ ਕਦੇ ਕੰਮ ਕਰਨ ਲੱਗੇ ਮਤਲਬ ਵੀਰੇ ਸਾਨੂੰ ਹੋ ਗਏ 10 12 ਸਾਲ ਦਸ ਬਾਰਾਂ ਸਾਲ ਹੋ ਗਏ ਹਾਂਜੀ ਪਹਿਲਾਂ ਪਾ ਕੇ ਵੀਰੇ ਆਪਣੇ ਟਰੈਕਟਰ ਕਾਫੀ ਇਹ ਇਹ ਮੁੰਡਾ ਮਿਸਤਰੀ ਮਤਲਬ ਇਹ ਜਿਹੜਾ ਇੰਜਨ ਦਾ ਟੈਕਨੀਕਲ ਕੰਮ ਹੈ ਇਹ ਕਰਦਾ ਹਾਂ ਸਾਰਾ ਇਹ ਕਰਦਾ ਉਹ ਜਿਹੜੀ ਗੇਅਰ ਵਾਲੀ ਸੈਲਫ ਵਾਲੀ ਗੱਲ ਤੇ ਮੈਂ ਗੱਲ ਪੜ ਗਿਆ ਸੀਗਾ ਵੀ ਇਹ ਬੰਦਾ ਉਹ ਟੈਕਨੀਕਲ ਆ ਹਾਂਜੀ ਆ ਬੰਪਰ ਬਣਾਤਾ ਇਹਦਾ ਹਾਂਜੀ ਇਹ ਬੰਪਰ ਬਣਾਇਆ ਇਹ ਡਿਜ਼ਾਈਨ ਆਇਆ ਸੀ ਜਾਂ ਤੁਹਾਡੇ ਕੋਲ ਹੀ ਸੀਗਾ ਨਹੀਂ ਬਈ ਇਹ ਜਿਵੇਂ ਉਹ ਬਾਈ ਨੇ ਕਿਹਾ ਉਹਨਾਂ ਨੇ ਪਹਿਲਾਂ ਟਰੈਕਟਰ ਮੰਗਵਾਏ ਸੀ ਪਹਿਲੇ ਉਹਨਾਂ ਨੂੰ ਪਸੰਦ ਕਰਿਆ ਸੀ ਉਧਰ ਲੋਕਾਂ ਨੇ ਫਿਰ ਉਹਨਾਂ ਨੇ ਬੇਠ ਲਵਾ ਲਈ ਵੀਰੇ ਅੱਛਾ ਤੇ ਬਾਕੀ ਇਹ ਸਿੰਪਲ ਲੁੱਕ ਚ ਹੀ ਤਿਆਰ ਕਰਵਾਇਆ ਉਹਨਾਂ ਨੂੰ ਕਹਿੰਦੇ ਵੀ ਬੜਾ ਹਾਈ ਫਾਈ ਨਹੀਂ ਚਾਹੀਦਾ ਬਾਕੀ ਇਦੋਂ ਹੋਰ ਆਪਣੇ ਕੋਲੇ ਉਹ ਇਦੋਂ ਹਾਈ ਫਾਈ ਆ ਉਹ ਇਦੋਂ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਬਲਾ ਅੱਛਾ ਉਹ ਮਤਲਬ ਆ ਤਾਂ ਸਿੰਪਲ ਹੀ ਤਿਆਰ ਹੋਇਆ ਇਹ ਟਰੈਕਟਰ ਇਦੋਂ ਬਾਅਦ ਇੱਕ ਹੋਰ ਟਰੈਕਟਰ ਸਾਈਡ ਗੇਅਰ ਕਰਿਆ ਉਹਨੂੰ ਠੀਕ ਆ ਜੀ ਡੀਆਈ ਕਰਿਆ ਤੇ ਬਾਕੀ ਪੈਂਡ ਬਾਈ ਕਰਕੇ ਉਹਨੂੰ ਪਾਵਰ ਸਟੀਅਰਿੰਗ ਸਾਰਾ ਪੂਰਾ ਵਧੀਆ ਟਰੈਕਟਰ ਹੋਊਗਾ ਜੀ ਜਿਹੜੇ ਬਾਹਰਲੇ ਲੈਂਦੇ ਆ ਬਾਈ ਉਹ ਬਸ ਉਹ ਸ਼ੌਂਕ ਨਾਲ ਖੜਾਉਣ ਨਹੀਂ ਲੈਂਦੇ ਕਿ ਉੱਥੇ ਕੰਮ ਕੁੰਮ ਵੀ ਲੈਂਦੇ ਆ ਨਹੀਂ ਬਾਈ ਫਾਰਮਾਸ ਆਪਣੇ ਵੱਲੋਂ ਤਾਂ ਐ ਵੀਰੇ ਆਪਣੇ ਉਹਨੂੰ ਕੰਮ ਲੈ ਲੈਣਾ ਸ਼ੌਂਕ ਨੂੰ ਰੱਖ ਲੈਣਾ ਆਪਾਂ ਕੰਮ ਕਰਿਆ ਹੁੰਦਾ ਆਪਾਂ ਤੁੰਨ ਕੇ ਕੰਮ ਕਰਿਆ ਹੁੰਦਾ ਕੋਈ ਲਾਂਬੇ ਵਾਲੀ ਗੱਲ ਹੀ ਹਾਂਜੀ ਜੀ ਬਾਕੀ ਪਾਵਰ ਦੀ ਫਿਟਿੰਗ ਸਾਰੀ ਦੇਖ ਲਓ ਬਾਈ ਜੀ ਹਾਂਜੀ ਤੁਸੀਂ ਪਾਵਰ ਕਰ ਦਿੰਨੇ ਆ ਹਾਂਜੀ ਟਾਇਰ ਵੀ ਤੁਸੀਂ ਆਪਦੀ ਜ਼ਿੰਮੇਵਾਰੀ ਨਾਲ ਲੈ ਕੇ ਲਾ ਦਿੰਨੇ ਆ ਹਾਂਜੀ ਹਾਂ ਬਾਕੀ ਬਾਈ ਜਿਹੜਾ ਵੀ ਮੰਨ ਲਓ ਫੋਰਨ ਵਾਲਾ ਟਰੈਕਟਰ ਆ ਕੋਈ ਵੀ ਆ ਨਾ ਆਪਣੇ ਗਾਹਕ ਪੈਸੇ ਲਾਉਂਦਾ ਆਪਾਂ ਕੋਈ ਚੀਜ਼ ਪੁਰਾਣੀ ਨਹੀਂ ਰੱਖਦੇ ਸਾਰੀ ਚੀਜ਼ ਨਵੀਂ ਲਾਈਦੀ ਆ ਤੇ ਸ਼ਿਪਿੰਗ ਦਾ ਕੰਮ ਫਿਰ ਕਿਹਦੇ ਨਾਲ ਟਾਈ ਅਪ ਕੀਤਾ ਸ਼ਿਪਿੰਗ ਦਾ ਬਾਈ ਪਛਾਨਣਾ ਵੇ ਜੀ ਤੁਸੀਂ ਕਰ ਲਓ ਗੱਲ ਹਾਂਜੀ ਜੀ ਇਹਨਾਂ ਨਾਲ ਟਾਈ ਆਪਾਂ ਅੱਗੇ ਵੀ ਟਰੈਕਟਰ ਤੋਰਿਆ ਆਪਾਂ ਇਹਨਾਂ ਦੇ ਨਾਲ ਇਹ 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 ਵੀਰੇ ਸ਼ਿਪਿੰਗ ਦਾ ਹੀ ਕਰਦੇ ਆ ਹਾਂ ਸ਼ਿਪਿੰਗ ਦਾ ਕਰਦੇ ਆ ਜੀ ਮੰਨ ਕੇ ਚੱਲੋ ਵੀ ਜੇ ਕੋਈ ਬੰਦਾ ਆਪਾਂ ਕਹਿ ਲਈਏ ਵੀ ਤਿਆਰ ਕਰਾਈ ਘਰੇ ਚੀਜ਼ ਖੜੀ ਆ ਜਾਂ ਮਤਲਬ ਉਹ ਭੇਜਣੀ ਚਾਹੁੰਦਾ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂਜੀ ਹਾਂਜੀ ਬਾਈ ਹਾਂ ਬਾਈ ਕਿੰਨਾ ਟਾਈਮ ਲੱਗ ਜਾਂਦਾ ਜਿਵੇਂ ਅੱਜ ਚੜਨਗੇ ਕਿੰਨੇ ਟਾਈਮ ਚ ਪਹੁੰਚ ਜਾਣਗੇ ਇਹ ਬਾਈ 60 ਤੋਂ 65 ਦਿਨ ਲੱਗ ਜਾਂਦੇ ਆ 2 ਮਹੀਨੇ ਬਾਈ ਨੇ ਮਤਲਬ ਚਲਾ ਕੇ ਲਿਜਾਣ ਵਾਲਾ ਸਾਹਿਬ ਆ ਹਾਂਜੀ ਹਾਂਜੀ ਮਤਲਬ ਇਹਨੇ 60 65 ਦਿਨ ਲੱਗ ਜਾਂਦੇ ਆ ਇਹ ਜਾਂਚੀ ਇਹਨਾਂ ਟਾਈਮ ਲੱਗ ਜਾਂਦਾ ਕੋਈ ਚੈਕਿੰਗ ਚੁਕਿੰਗ ਨਾਲ ਛੇਪ ਜੀ 2 ਮਹੀਨੇ ਲੱਗ ਜਾਂਦੇ ਬਾਈ ਫਿਰ ਜਿਵੇਂ ਹੁਣ ਆਪਾਂ ਟਰੈਕਟਰ ਚੜਾਤਾ ਕੈਬਨ ਕਰਤਾ ਬੰਦ ਹਾਂਜੀ ਇਹ ਫਿਰ ਰਾਸਤੇ ਚ ਕਿਤੇ ਇਹਨਾਂ ਦੀ ਤਲਾਸ਼ੀ ਵਗੈਰਾ ਵੀ ਹੁੰਦੀ ਆ ਵੀ ਯਾਰ ਇਹਨੇ ਜੇ ਗਲਤ ਮਲਤ ਚੀਜ਼ ਨਾ ਪਾਤੀ ਜਿਵੇਂ ਲੁਧਿਆਣੇ ਕਸਟਮ ਚੈੱਕ ਕਰਾ ਕੇ ਸੀਲਾਂ ਲੱਗ ਜਾਂਦੀਆਂ ਕਸਟਮ ਵਾਲੇ ਸੀਲਾਂ ਲਾ ਦਿੰਦੇ ਆ ਜੀ ਮੁੜ ਕੇ ਟ੍ਰਾਂਟੋ ਜਾ ਕੇ ਖੁੱਲਣੀ ਬਾਕੀ ਕਾਗਜ਼ ਪੱਤਰ ਇਹਨਾਂ ਕੋਲੇ ਜਮਾ ਹੋ ਜਾਂਦਾ ਵੀਰੇ ਕਾਗਜ਼ ਪੱਤਰ ਜਮਾ ਹੋ ਜਾਂਦਾ ਸਾਰਾ ਕਾਗਜ਼ ਪੱਤਰ ਇਹਨਾਂ ਕੋਲੇ ਜਮਾ ਬਾਈ ਜਿਵੇਂ ਕੋਈ ਚੀਜ਼ ਆ ਉਹਦੀ ਓਰੀਜਨਲ ਆਰਸੀ ਨਾਲ ਜਾਊਗੀ ਕਾ ਬਸ ਚੜਾਈ ਤੇ ਉੱਥੇ ਭੇਜ ਨਹੀਂ ਨਹੀਂ ਓਰੀਜਨਲ ਆਰਸੀ ਨਾਲ ਜੀ ਸਾਰਾ ਆਰਸੀ ਨਾਲ ਜਾਊਗਾ ਹਾਂਜੀ ਹਾਂਜੀ ਪੇਪਰ ਵਰਕ ਨਾਲ ਹੀ ਜਾਊਗਾ ਹਾਂਜੀ ਹਾਂਜੀ ਵੀ ਐ ਨਹੀਂਗਾ ਵੀ ਜਿਹੜਾ ਲੋਹਾ ਚੜਾਇਆ ਤੇ ਕੋਈ ਗੱਲ ਨਹੀਂ 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 ਉਵੇਂ ਨਹੀਂ ਜਾਂਦਾ ਆਰਸੀ ਨਾਲ ਹੀ ਇੰਜਨ ਨੰਬਰ 84 ਨੰਬਰ ਮੈਚ ਕਰਕੇ ਫੇਰ ਜਾਊਗਾ ਸਾਰਾ ਕੁਝ ਫੇਰ ਜਾਊਗਾ ਸਾਨੂੰ ਹੋ ਗਏ ਬਾਈ ਨਾਲ ਟਾਈ ਆਪਾਂ ਵਧੀਆ ਚੱਲੀ ਜਾਂਦਾ ਜੀ ਇਹਨਾਂ ਦਾ ਕੰਮ ਇਹ ਬਾਈ ਸ਼ਿਪਿੰਗ ਦਾ ਕੰਮ ਸ਼ਿਪਿੰਗ ਦਾ ਕੰਮ ਹੈ ਜੀ ਇਹਨਾਂ ਇਹਨਾਂ ਨੂੰ ਕੁਝ ਭੇਜ ਦਿਓ ਹਾਂਜੀ ਹਾਂ ਤੇ ਕੋਈ ਜਿਉਂਦਾ ਜਾਨਵਰ ਵੀ ਭੇਜ ਦਿੰਨੇ ਆ ਨਹੀਂ 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 ਮੈਂ ਕਿਹਾ ਪੁੱਛਿਆ ਯਾਰ ਘੋੜਾ ਕਿਹੜਾ ਭੇਜਣਾ ਪੈ ਜਾਂਦਾ ਹੁੰਦਾ ਕਹੀ ਰੇ ਨਹੀਂ ਘੋੜੇ ਵੀ ਜਾਂਦੇ ਵੀਰੇ ਹਾਂ ਘੋੜੇ ਜਾਂਦੇ ਬਾਇਰ ਜਾਂਦੇ ਆ ਘੋੜੇ ਘੋੜੇ ਜਾਂਦੇ ਆ ਹੋਈ ਨੇ 60 ਪਿੰਡਾਂ ਦੇ ਘੋੜੇ ਮਰਜੂ ਨਹੀਂ ਨਹੀਂ ਬੱਕਰੀਆਂ ਜਾਂਦੀਆਂ ਹਾਂ ਬਾਇਰ ਜਾਂਦੇ ਨੇ ਸਮੁੰਦਰੀ ਜਹਾਜ਼ਾਂ ਤੇ ਚੜਾ ਕੇ ਸਮਾਨ ਬਾਹਰ ਜਾਂਦਾ ਜਿਹੜਾ ਆਪਾਂ ਕਈ ਵਾਰੀ ਵੀਡੀਓ ਵੂਡੀਓ ਦੇਣੇ ਹੁੰਦੇ ਆ ਉੱਥੇ ਜਾ ਕੇ ਖੋਲੀ ਜਾਂਦੇ ਹੁੰਦੇ ਆ ਕੋਈ ਆ ਇੱਕ ਕੰਟੇਨਰ ਚ ਬਈ ਇਹ ਜਿਵੇਂ ਕਿਸੇ ਬੰਦੇ ਨੇ ਲੈਣਾ ਉਹਨੇ ਤੁਹਾਨੂੰ ਇੱਕ ਟਰੈਕਟਰ ਆਰਡਰ ਕਰ ਦੇਣਾ ਹੁੰਦਾ ਕਿ ਮਤਲਬ ਇੱਕ ਕੰਟੇਨਰ ਉਹਦਾ ਭਰਨਾ ਜ਼ਰੂਰੀ ਆ ਕੀ ਹਿਸਾਬ ਕਿਤਾਬ ਹੁੰਦਾ ਨਹੀਂ ਜਿੱਦਾਂ ਬਾਈ ਕਈ ਵਾਰ ਇੱਕ ਵੀ ਟਰੈਕਟਰ ਲੈ ਲੈਂਦੇ ਆ ਕਈ ਇੱਕ ਟਰੈਕਟਰ ਆ ਫਿਰ ਸਾਂਝਾ ਕੰਟੇਨਰ ਭਰ ਦੇਈਦਾ ਜਿਵੇਂ ਬਾਈਆਂ ਕੋਲੇ ਤਿਆਰ ਖੜਾ ਕਿਸੇ ਕੋਲੇ ਹੋਰ ਆ ਜਾਂਦਾ ਕਿਸੇ ਕੋਲੇ ਬੋਲਟ ਪਾ ਜਾਂਦਾ ਜੀ ਬੋਲਟ ਪਾ ਜਾਂਦੇ ਆ ਕੋਈ ਫਰਨੀਚਰ ਪਾ ਦਿੰਦੇ ਆ ਵਿੱਚ ਕੋਈ ਰੂਟਾਵੀਟਰ ਇੰਪਲੀਮੈਂਟ ਕਲਟੀਵੇਟਰ ਕੁਝ ਵੀ ਨਾਲ ਪਾ ਕੇ ਫੁੱਲ ਕੰਟੇਨਰ ਬਣਾ ਕੇ ਭੇਜ ਦੇਈਦਾ ਮਤਲਬ ਤੁਹਾਡਾ ਕੰਮ ਇਹ ਆ ਵੀ ਅਗਲੇ ਨੂੰ ਫਾਲਤੂ ਖਰਚਾ ਨਹੀਂ ਪੈਣ ਦੇਣਾ ਵੀ ਜੇ ਇੱਕ ਟਰੈਕਟਰ ਭੇਜਣਾ ਤਾਂ ਵੀ ਐਂ ਨਹੀਂਗਾ ਮਸਲਾ ਵੀ ਅਗਲੇ ਨੂੰ ਖਰਚਾ ਕੰਟੇਨਰ ਦਾ ਹੀ ਪੈ ਜੂ ਹਾਂਜੀ ਹਾਂਜੀ ਤੁਸੀਂ ਉਹਦਾ ਉਹੋ ਜਿਹਾ ਹਿਸਾਬ ਹੀ ਲੱਖ ਰੱਖਣਾ ਲੈ ਵੀ ਭਾਈ ਆ ਬੰਦਾ ਹੈ ਕਈ ਵਾਰੀ ਤੁਸੀਂ ਇਕੱਲੀ ਚੀਜ਼ ਮੰਗਾਉਣੀ ਆ ਲੋਡ ਲਾੜ ਨਾ ਮੰਨ ਜਿਓ ਆਪੇ ਇਕੱਠੀਆਂ ਕਰਕੇ ਕਿਸੇ ਨਾਲ ਤੁਹਾਡਾ ਟਾਈ ਅਪ ਕਰਕੇ ਉੱਥੇ ਪਹੁੰਚਦੀ ਕਰ ਦੂਗਾ ਪਹੁੰਚਦੀ ਕਰ ਦੂਗਾ ਉਹ ਦੂਗਾ ਗੱਲ ਆਪੇ ਲੈ ਆਊਗਾ ਹਨਾ ਖੋਲ ਕੇ ਕਿਸੇ ਨੂੰ ਦਿੱਕਤ ਵੀ ਆਉਂਦੀ ਹੈ ਜਿਵੇਂ ਟ੍ਰਾਂਟੋ ਚ ਕੋਈ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਉਧਰ ਲਾ ਕੇ ਮੈਂ ਕਸਟਮ ਕਰਾਵਾਂਗੇ ਜੋ ਵੀ ਕਰਾਵਾਂਗੇ ਜੀ ਤੇ ਜਗਮੇਲ ਭਾਈ ਬੈਠੇ ਨੇ ਆਪਾਂ ਉਹਨਾਂ ਨੇ ਟਾਈ ਅਪ ਕਰਕੇ ਸਾਰਾ ਕੁਝ ਕੰਮ ਕਰਵਾ ਕੇ ਦੇ ਦਾਂਗੇ ਆਪਾਂ ਉਹ ਆਪੇ ਕਰ ਦੇਣਗੇ ਹਾਂਜੀ ਹਾਂਜੀ ਉਹ ਸਾਰਾ ਕੁਝ ਆਪੇ ਕਰ ਮਤਲਬ ਇਹ ਕਹਿ ਸਕਦੇ ਵੀ ਤੁਸੀਂ ਜਗਮੇਲ ਭਾਈ ਤੇ ਬਿੱਲੇ ਹੋਣੀ ਇਹ ਤਿੰਨ ਇੱਕ ਟੀਮ ਆ ਕੰਪਲੀਟ ਹਾਂਜੀ ਹਾਂਜੀ ਆਪਾਂ ਕਿ ਟੀਮ ਮੰਨ ਸਕਦੇ ਹਾਂ ਤੁਹਾਨੂੰ
मतलब जे ट्रैक्टर पूरा ही नहीं जे थोड़ा बहुत भी तैयार करवाना हां भाई कर देना किसी भी जिमीदार दा कोई भी ट्रैक्टर है वीरे पेंट है किसी दी रिपेयर है सारा कुछ कर देईदा भाई ठीक है जी पर टाइम लगदा भाई चीज बन जांदी है टाइम दा जरूर अपन प्रॉब्लम आ जांदी है ना ध्यान मॉडिफाई ते रखदे आ जां ओदा भी जिमीदारां दे ट्रैक्टर सूट सब करके भी देई जांदे हां नहीं नहीं करदे आ भाई बाकी हां हां जी रिपेयर वर्कशॉप ही हुंदा भाई सारा जे किसी दे जिमीदार दा काम आ ओह भी करदे आ भाई आ सारे पावर स्टीयरिंग आप करदे आ जी हाँ जी यार मोटा जाऊं चलो मैं उनका कहने हम दे अभी खजाना टक कहीं रहे हाँ जी हाँ जी ते जे पावर स्टेरिंग कराऊंगा हुए मोटा जाके नहीं कर पिएगा भाई जब बढ़िया पावर स्टेर कराऊंगा तो मान लो जब मैं सात पंजाले अपर एम पाऊंगे ते ही सात जानू का ना मेरे 7000 रुपया लगता बढ़िया कराऊंगा अच्छा जी कोई जगाड़ू नहीं कोई नहीं सीधा ओरिजिनल काम होगा भी मतलब सीधा स्टीयरिंग नु फार्म ट्रैक वाला ही जगाड़ ही लग जाना हां भाई हां जी हां नवे मॉडल आई 20 वाला वीरे ऊंचा हो जाना ट्रैक्टर देख सकदा एक स्पिंडल स्पुंडल टूटने वाला जगाड़ खत्म हो जाना ओदा चक्या जांदा जी ओ चक्या जाना ओ खत्म हो जाना मेन गल ता एहे आए है भी इना दा पंप लादा जिवें नवी दी आउंदा जी बाकी वीरे जह जा बंदा रेट है ना ओही चीज बना देने कोई हां जिन्ना का गला मिठा पाई जाऊगा हाँ हाँ जी हाँ ए दा पंप लग गया पावर स्टेरिंग वाले दा हाँ जी हाँ ओरिजिनल वांगू ही लग गया है ना आ ऑप्शन जेड़ी पंप लगन वाली आ गेयर बॉक्स का हो गया जे फुल ओवरहाल कोई काम करवाउंदा आपां एक साल दी फुल जिम्मेदारी गरंटी देने बिल कट रंग दी भी रंग दी अपनी 10 साल दी गरंटी है 2K दी 2K पेंट दी वीरे ओरिजिनल 2K पेंट दी हां नहीं गरंटी की हुंदी है मतलब फिक्का मतलब कोई फिक्का बन पए जे जां कोई मसाला किवें हुण आ चीजां दे भाई कि ना लैण लग जे लैण लग जे ओ चीज दी अपनी फुल जिम्मेदारी होगी 10 साल 10 साल दी आपां गरंटी भाई अगले नूं लिख के देवांगे बिल लै जे अगला ठीक है जी ठीक है होर एक जो स्पिनर स्पुनर जो लाने इन्हें तो लाए नहीं ला दें जे लाने हाँ भाई किमें मान लो अगले की डिमांड आई है ना स्पिनर लवा ले किमें हम ये अपना बीड लाए आ ਜਾਂਦਾ ਮੰਨ ਲਓ ਵੀ ਕਿਵੇਂ ਕੋਈ ਰਿਸ਼ਤੇਦਾਰ ਆ ਵਗੈਰਾ ਇੱਧਰ ਬਾਈ ਦਾ ਉਹਨੂੰ ਘੱਲ ਕੇ ਹੈ ਨਾ ਬੁੱਕ ਕਰਵਾ ਸਕਦਾ ਜੇ ਮੰਨ ਲਓ ਵੀ ਇੱਧਰ ਕੋਈ ਵੀ ਰਿਸ਼ਤੇਦਾਰ ਨਹੀਂ ਵੀ ਬੰਦੇ ਦਾ ਦੂਰ ਨੇੜੇ ਆ ਹੈ ਨਾ ਤੇ ਆਪਾਂ ਤਾਂ ਫੋਨ ਤੇ ਮੰਨ ਲਓ ਕਿਵੇਂ ਸਾਈ ਪਾਊਗਾ ਆਪਾਂ ਉਹਨੂੰ ਰਸੀਦ ਵਗੈਰਾ ਦਵਾਂਗੇ ਬਿੱਲ ਕੱਟ ਕੇ ਰਸੀਦ ਅਗਲੇ ਕੋਲੇ ਘੱਲਾਂਗੇ ਬਾਈ ਕੰਮ ਕਰਦੇ ਦੀ ਵੀਡੀਓ ਕੰਮ ਕਿਵੇਂ ਮੰਨ ਲਓ ਉਹ ਉੱਥੇ ਬੈਠਾ ਕਿਵੇਂ ਕਿਵੇਂ ਉਹਦਾ ਕੰਮ ਖੂਗਾ ਟਰੈਕਟਰ ਦਾ ਉਹਦੀ ਵੀਡੀਓ ਬਣਾ ਬਣਾ ਬਾਈ ਕੋਲੇ ਜਾਊਗੀਆਂ ਫੋਟੋਆਂ ਵੀ ਭਾਈ ਤੇਰਾ ਕੰਮ ਇੱਥੇ ਪਹੁੰਚ ਗਿਆ ਇੰਨਾ ਰਹਿ ਗਿਆ ਇੰਨਾ ਰਹਿ ਗਿਆ ਇੰਨਾ ਉਹ ਜਾਣਕਾਰੀ ਬਾਈ ਸਾਰੀ ਦਵਾਂਗੇ ਹਰ ਰੋਜ਼ ਦੀ ਅਪਡੇਟ ਉਹਨੂੰ ਮਿਲਦੀ ਰਹੂਗੀ ਉਹਨੂੰ ਮਿਲਦੀ ਰਹੂ ਪੇਂਟ ਤਾਂ ਹੀ ਬਾਈ ਕਿੰਨਾ ਪੇਂਟ ਤੱਕ ਮਿਲਦੀ ਰਹੂਗੀ ਵੈਸੇ ਤਾਂ ਯਾਰ ਸੇਲਵਰਾ ਪਿੰਡ ਹੈ ਤੇ ਇਹ ਪਿੰਡ ਬਾਈ ਪ੍ਰਦੀਪ ਦਾ 365 ਵਾਲੇ ਦਾ ਕਬੱਡੀ ਵਾਲੇ ਦਾ ਮਤਲਬ ਮਾਲਕ ਦੀ ਕਿਰਪਾ ਨਾਲ ਮੁੰਡੇ ਬਹੁਤ ਵਧੀਆ ਕੰਮ ਕਰਦੇ ਆ ਮਿਹਨਤੀ ਮੁੰਡੇ ਆ ਪਿੰਡ ਦੇ ਵਿੱਚ ਸਤਿਕਾਰ ਰੱਖਦੇ ਆ ਪਿੰਡ ਦੇ ਵਿੱਚ ਇੱਜ਼ਤਦਾਰ ਬੰਦਿਆਂ ਦੇ ਵਿੱਚ ਬੈਠਣੀ ਉੱਠਣੀ ਵਾਲੀ ਗੱਲ ਆ ਤੇ ਸੱਜਣਾ ਇਹ ਹੁਣ ਤਿੰਨਾਂ ਨਾਲ ਭਰ ਜੂਗਾ ਜਾਂ ਇਹ ਤਿੰਨਾਂ ਨਾਲ ਖਾਲੀ ਹੋ ਜੂਗਾ ਰਹੂਗਾ ਖਾਲੀ ਰਹਿਣਾ ਬਾਈ ਜੀ 8 ਤੋਂ 9 ਫੁੱਟ ਜਗ੍ਹਾ ਬਚ ਜਾਣੀ ਹੈ ਇਹਦੀ ਤੇ 8-9 ਫੁੱਟ ਦੇ ਵਿੱਚ ਫਿਰ ਕੀ ਪਾਉਂਗੇ 4 ਬੋਲਟ ਖੜੇ ਆ ਤਿਆਰ ਲੁਧਿਆਣੇ ਜੀ ਤੇ ਉੱਥੇ ਆਪਾਂ ਫੇਰ ਉਹਦੇ ਵਿੱਚ ਬੋਲਟ ਪਾ ਦੇਣੇ ਨਾਲ ਹੀ ਇਹਨਾਂ ਦੇ ਅੱਛਾ ਇਹਦੇ 4 ਬੋਲਟ ਪਾ ਦੇਵੋਗੇ ਹਾਂਜੀ ਹਾਂਜੀ ਮਤਲਬ ਜਿਹੜਾ ਇਹ ਖਰਚਾ ਹੈ ਸੱਦਣ ਵਾਲਿਆਂ ਤੇ ਉਹ ਵੰਡਿਆ ਜਾਊਗਾ ਵੰਡਿਆ ਜਾਊਗਾ ਜੀ ਵੰਡਿਆ ਜਾਊਗਾ ਹਾਂਜੀ ਹਾਂਜੀ ਮਤਲਬ ਤਿੰਨ ਜਗਮੇਰ ਬਾਈ ਦੇ ਨੇ ਆਪਣੇ ਨੇ ਉਹਨਾਂ ਦੇ ਬੋਲਟ ਜੀ ਤੇ ਇੱਕ ਕਿਸੇ ਦਾ ਨਾਲ ਖੜਾ ਸੀਗਾ ਮੈਂ ਕਿਹਾ ਚਲੋ ਉਹ ਵੀ ਇਹਨਾਂ ਦਾ ਖਰਚਾ ਬਚਾਤਾ ਉਹਨਾਂ ਦਾ ਖਰਚਾ ਬਚਾਤਾ ਮਤਲਬ ਜੇ ਤੁਹਾਡੇ ਨਾਲ ਸੰਪਰਕ ਕਰੇ
ਤਾਂ ਬੰਦਾ ਜਿਹਨੇ ਬਾਹਰ ਚੀਜ਼ ਸੱਦਣੀ ਆ ਕੱਲੀ ਕਰੀ ਚੀਜ਼ ਆ ਉਹਦਾ ਖਰਚਾ ਬਚ ਸਕਦਾ ਉਹਨੂੰ ਕੱਲਾ ਕੰਟੇਨਰ ਮੁੱਲ ਕਿਰਾਏ ਤੇ ਲੈਣ ਦੀ ਲੋੜ ਨਹੀਂ ਉਹ ਤੁਹਾਡੇ ਨਾਲ ਸੰਪਰਕ ਕਰ ਲਏ ਤਾਂ ਬੀਜ ਚੀਜ਼ ਵਿੱਚ ਪੈ ਕੇ ਉੱਠ ਜੂਗੀ ਹਾਂਜੀ ਹਾਂਜੀ ਬਾਈ ਲੈ ਵੀ ਸੱਜਣ ਤੱਕ ਕੈਨੇਡਾ ਤੱਕ USA ਤੱਕ ਜਿੱਥੇ ਵੀ ਮਰਜ਼ੀ ਨੇ ਬਾਈ ਨੇ ਕਹਿਣਾ ਤੁਹਾਡਾ ਨਾਂ ਕੀ ਆ ਗੁਰਸ਼ਰਨ ਆਈ ਗੁਰਸ਼ਰਨ ਦਾ ਜਿਹੜਾ ਨੰਬਰ ਆ ਉਹ ਤੇ ਤਾਂ ਤੁਸੀਂ ਕਾਲ ਕਰਨੀ ਆ ਤਾਂ ਜੇ ਤੁਸੀਂ ਸ਼ਿਪਿੰਗ ਕਰਾਉਣੀ ਆ ਕਿਸੇ ਵੀ ਚੀਜ਼ ਦੀ ਬਾਹਰਲੇ ਮੁਲਕ ਦੇ ਵਿੱਚ ਕੱਲੀ ਕੈਨੇਡਾ 'ਚ ਕਰਦੇ ਕਿ ਹੋਰ ਮੁਲਕਾਂ 'ਚ ਸਾਰੇ ਬਾਈ ਆਲ ਇੰਟਰਨੈਸ਼ਨਲ ਉਹ ਸਾਰੇ ਦੇਸ਼ਾਂ 'ਚ ਮੈਨੂੰ ਮੈਂ 156 ਹੈ ਜਿੱਥੇ ਮਰਜ਼ੀ ਮੰਗਾ ਹਾਂਜੀ ਹਾਂਜੀ ਲੈ ਭਾਈ 156 ਦੇਸ਼ ਆ ਸ਼ਾਇਦ ਵੱਧ ਘੱਟ ਹੋ ਸਕਦੇ ਆ ਤੇ ਇਹ ਕਹਿੰਦੇ ਵੀ ਸਾਰੀ ਦੁਨੀਆ ਪਾਕਿਸਤਾਨ ਛੱਡ ਕੇ ਕੱਲਾ ਪਾਕਿਸਤਾਨ ਛੱਡ ਦੇ ਚੱਲ ਠੀਕ ਆ ਸਹੀ ਗੱਲ ਆ ਨਹੀਂ ਫੋਨ ਉੱਤੋਂ ਵਾਲੇ ਆਉਣਗੇ ਉਹਨਾਂ ਨੇ ਕਹਿਣਾ ਘੋੜਾ ਭੇਜ ਦਿਓ ਫਰੀ ਤਾਂ ਹਨਾ ਉਹ ਘੋੜਾ ਬਾਹਲਾ ਮੰਗਦੇ ਆ ਪਾਕਿਸਤਾਨ ਵਾਲੇ ਹਾਂ ਨਹੀਂ ਵੀ ਭਾਈ ਪਾਕਿਸਤਾਨ ਨਹੀਂ ਜਾਂਦੇ ਉਹ ਕਹਿੰਦੇ ਵੀ ਪਾਕਿਸਤਾਨ ਨਾਲ ਵਪਾਰ ਨਹੀਂ ਖੁੱਲ੍ਹਾ ਜੇ ਖੁੱਲ੍ਹ ਗਿਆ ਉੱਥੇ ਭੇਜ ਦਿਆ ਕਰਾਂਗੇ ਹਜੇ ਖੁੱਲ੍ਹਿਆ ਨਹੀਂ ਅਤੇ ਆਹ ਬਾਈ ਹੋਣੀ ਉਹ ਆ ਜਿਹੜੇ ਟਰੈਕਟਰ ਦੇ ਟਾਇਰ ਤੋਂ ਲੈ ਕੇ ਅਤੇ ਉਹਦੀ ਛਤਰੀ ਤੱਕ ਤਾਂ ਹਾਂ ਜੋ ਵੀ ਕੰਮ ਹੁੰਦਾ ਹੁੰਦਾ ਚਾਹੇ ਉਹ ਮਕੈਨੀਕਲ ਦਾ ਅਤੇ ਚਾਹੇ ਉਹ ਇਲੈਕਟ੍ਰੀਕਲ ਦਾ ਕੰਮ ਆ ਤੇ ਚਾਹੇ ਉਹ ਕੰਮ ਮੋਡੀਫਾਈ ਦਾ ਸਾਰਾ ਹੀ ਕਰਦੇ ਆ ਬਾਈ ਕੋਈ ਕਰਾ ਲੈ ਕੋਈ ਟਰਬੋ ਕਰਵਾਉਣਾ ਕਿਸੇ ਨੇ ਕੋਈ ਨਾਟ ਗੇਰਾਂ ਕਿਵੇਂ ਸਾਈਡ ਗੇਅਰ ਕਰਦੇ ਆ ਕੋਈ ਫੋਰੈਸਟ ਵਗੈਰਾ ਵੱਡੇ ਬਣਾਉਣੇ ਹਨਾ ਸਾਰਾ ਕਰ ਦਿੰਦੇ ਆ ਵੀਰੇ ਕਿਵੇਂ ਤੇ ਬਾਈ ਜਗਮੇਲ ਹੋਣੀ ਉਹ ਬੰਦੇ ਆ ਤੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਟਰੈਕਟਰ ਟਰੂਟਰ ਵੇਚ ਦਿੰਦੇ ਆ ਬੁਲਟ ਬੁਲਟ ਜੇ ਕਿਸੇ ਨੇ ਲੈਣਾ ਤਾਂ ਕੈਨੇਡਾ ਦੇ ਵਿੱਚ ਜਗਮੇਲ ਹੋਣਾ ਸੰਪਰਕ ਕਰ ਸਕਦੇ ਟਰੈਕਟਰ ਵੀ ਲੈਣਾ ਠੀਕ ਆ ਫੀਡ ਲੈਣੀ ਆ ਜੀਪ ਲੈਣੀ ਆ ਕਿਨਾਂ ਬਿੱਲਾ ਬਿੱਲੀ ਲੈਣੀ ਆ ਉਹ ਉਹਨਾਂ ਨਾਲ ਸੰਪਰਕ ਕਰ ਲੈ ਵੀ ਤੁਹਾਨੂੰ ਇੱਕ ਪੈਕੇਜ ਦੇਤਾ ਬਹੁਤ ਵੱਡਾ ਜਿਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਟਰੈਕਟਰ ਤਿਆਰ ਹੋਣ ਤੋਂ ਬਾਅਦ ਉਹ ਨੰਬਰ ਆ ਕੋਈ ਗੱਲ ਨਹੀਂ ਬਾਈ ਜਗਮੇਲ ਦਾ ਨੰਬਰ ਵੀ ਆਪਾਂ ਦੇ ਦਿਆਂਗੇ ਨਾਲ ਬਾਈ ਜਗਮੇਲ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ 3 ਨੰਬਰ ਦੇਵਾਂਗੇ ਟਰੈਕਟਰ ਮੋਡੀਫਾਈ ਲਈ 1 ਨੰਬਰ ਬਾਈ ਬਿੱਲੇ ਹੋਣਾ ਦਾ ਰਾਜੂ ਹੋਣਾ ਦਾ ਆਜੂਗਾ ਆਹ ਬਾਈ ਦਾ ਨੰਬਰ ਆਜੂਗਾ ਸ਼ਿਪਿੰਗ ਵਾਸਤੇ ਤੁਹਾਡਾ ਨਾਂ ਹਨਾ ਜੀ ਅਤੇ ਨਾਲ ਦੀ ਨਾਲ ਬਾਈ ਜਗਮੇਲ ਹੋਣਾ ਦਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਆਜੂਗਾ ਕੈਨੇਡਾ 'ਚ ਕੋਈ ਚੀਜ਼ ਖਰੀਦਣ ਵਾਸਤੇ 3 ਨੰਬਰ ਪੈ ਜਾਣਗੇ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ